ਖਰੜ ਵਿਖੇ ਬਰਾਲਾ ਕਲੱਬ ਖਰੜ ਵੱਲੋਂ ਸਵਰਗਵਾਸੀ ਸਰਦਾਰ ਪ੍ਰਗਟ ਸਿੰਘ ਚੀਮਾ ਦੀ ਯਾਦ ਵਿੱਚ ਟਰੈਕਟਰ ਟੋਚਣ ਮੁਕਾਬਲੇ ਕਰਵਾਏ ਗਏ। ਬਰਾਲਾ ਕਲੱਬ ਨੌਜਵਾਨ ਮੁੰਡਿਆਂ ਦਾ ਕਲੱਬ ਹੈ ਅਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹਨਾਂ ਦੇ ਮੁਕਾਬਲੇ ਕਰਵਾਏ। ਟੋਚਣ ਕਲੱਬ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਬਹੁਤ ਹੀ ਜੋਸ਼ ਦੇਖਣ ਨੂੰ ਮਿਲਿਆ। ਦੂਰੋਂ ਦੂਰੋਂ ਲੋਕ ਇਹ ਮੁਕਾਬਲਾ ਦੇਖਣ ਲਈ ਪਹੁੰਚੇ ਸਨ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਮੁਕਾਬਲਾ ਜਿੱਤਣ ਵਾਲਿਆਂ ਲਈ ਪਹਿਲਾ ਇਨਾਮ ਮੋਟਰਸਾਈਕਲ, ਦੂਜਾ ਇਨਾਮ 21,000, ਤੀਜਾ ਇਨਾਮ 11,000 ਰੁਪਏ ਅਤੇ ਚੌਥਾ ਇਨਾਮ 7,100 ਰੁਪਏ ਰੱਖਿਆ ਗਿਆ ਹੈ। ਕਲੱਬ ਦੇ ਪ੍ਰਧਾਨ ਪ੍ਰੀਤ ਚੀਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ। ਸਤਿ ਸ਼੍ਰੀ ਅਕਾਲ ਜੀ, ਅੱਜ ਖਰੜ ਦੇ ਵਿੱਚ ਹੋ ਰਿਹਾ ਹੈ ਇੱਕ ਟਰੈਕਟਰ ਦਾ ਟੋਚਣ ਦਾ ਮੁਕਾਬਲਾ, ਤੇ ਆਪਾਂ ਇਹਨਾਂ ਨਾਲ ਗੱਲ ਕਰਦੇ। ਹਾਂਜੀ, ਸਾਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਪਣਾ ਪਹਿਲਾ ਟਰੈਕਟਰ ਟੋਚਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਤੇ ਸੁੱਖ ਨਾਲ ਇਕੱਠ ਵੀ ਬਹੁਤ ਸੋਹਣਾ ਹੋ ਗਿਆ ਤੇ ਵਧੀਆ ਜਾ ਰਿਹਾ ਹੈ, ਤੇ ਅਸੀਂ 10 ਮੁੰਡਿਆਂ ਨੇ ਮਿਲ ਕੇ ਕਰਵਾਇਆ ਹੈ। ਤੇ ਮੇਰਾ ਨਾਮ ਯੁੱਗ ਖਰੜ, ਤੇ ਪ੍ਰੀਤ ਚੀਮਾ, ਸਾਗਰ ਨਿਆ ਸ਼ਹਿਰ, ਅਨੁਰਾਗ ਖਰੜ, ਰਣਜੋਤ, ਕੇਪੀ, ਕਨਵਰ, ਸੰਜੋਤ, ਗਗਨ, ਸਨੀ ਬਾਜਵਾ ਤੇ ਸਾਰੇ ਮੇਰੇ ਭਰਾਵਾਂ ਨੇ ਮਿਲ ਕੇ ਟੋਚਣ ਮੁਕਾਬਲਾ ਕਰਾਇਆ ਹੈ, ਤੇ ਉਮੀਦ ਕਰਦੇ ਹਾਂ ਕਿ ਸ਼ਾਮ ਤੱਕ ਵਧੀਆ ਚੱਲੇਗਾ, ਤੇ ਖੁਸ਼ ਹਾਂ ਕਿ ਵਧੀਆ ਚੱਲ ਰਿਹਾ ਹੈ। ਧੰਨਵਾਦ ਵੀਰ। ਪਹਿਲਾ ਇਨਾਮ ਕੀ ਰੱਖਿਆ ਜੀ? ਪਹਿਲਾ ਇਨਾਮ ਵੀਰ ਸਾਡਾ CD 100 ਮੋਟਰਸਾਈਕਲ, ਤੇ ਦੂਜਾ ਇਨਾਮ ਹੈਗਾ 21,000, ਤੇ ਤੀਜਾ 11,000, ਤੇ ਚੌਥਾ 7,100 ਰੁਪਇਆ, ਤੇ ਵਧੀਆ ਚੱਲ ਰਿਹਾ ਸਭ ਕੁਛ, ਖੁਸ਼ ਹਾਂ ਬਹੁਤ। ਬੁਲੰਦ ਨਿਊਜ਼ ਲਈ ਖਰੜ ਤੋਂ ਯਸ਼ਪ੍ਰੀਤ ਸਿੰਘ ਦੀ ਰਿਪੋਰਟ।